सत श्री अकाल दोस्तों, मैं धर्मा हरिओ, तुसी वेख रहे हो रंग पंजाब दे यूट्यूब चैनल। सो दोस्तों, अज साडे नाल ने मां खेड कबड्डी दे घेंट जाफी, प्रसिद्ध जाफी सुपरस्टार खिडारी जिन्हां दा वजन भी छोटा है, उम्र भी छोटी है, कद भी छोटा है, पर कबड्डी दे विच नां बहुत वड्डा है। वह हन मणि मलिया जी, जिन्हां दा पिंड मलिया, जिला जलंधर। आओ फिर अज आपां इस सुपरस्टार खिडारी दे नाल करदे आं गलबात, करिए बाई का स्वागत। हाँ जी मणि बाई जी, सब तो पहला साडे चैनल दे वल्लों तुहाडा बहुत बहुत स्वागत है जी। पहला तो भाई तुहाडा बहुत बहुत धन्यवाद, सत श्री अकाल सारयां नूं भाजी जी। होर मणि की हाल चाल ने भाई जी? हाँ जी, बहुत वधिया ने भाजी, ठीक ठाक ने। सो मणि बाई जी, अज आपां गल्लां बातां करांगे तुहाडी जिंदगी दीआं, किन्ना समा हो गया तुहानूं कबड्डी खेडदिआं नूं, ते किस तरह का रहा हुण तक का सफर, ते सट्टां फिट्टां तों बचे ते की कहानी रही है तुहाडी हुण तक दी। सो आपां शुरुआत करदे आं तुहाडे जन्म तों। मणि बाई, तुहाडा जन्म कदों होया सी ते कित्थे होया सी? जन्म भाजी मेरा 4/7/1999 नूं होया सीगा जी। हाँ जी। ते पिता जी दा नाम जी? पिता जी नाम अमरजीत सिंह जी। माता जी दा नाम जी? ज्ञान कौर जी। अच्छा मणि बाई, तुसीं कबड्डी वल किवें आए, किहड़े खिडारी नूं वेख के मतलब कि तुहानूं कबड्डी दा इश्क लग गया, ते जिहड़ा तुसीं अज मतलब कि ग्राउंडां दे विच तुहाडा बहुत वड्डा नाम है, ते इह जिहड़ी चेटक तुहानूं किस तरह लगी सी? कबड्डी दा जी, पिंड दे जिहड़ा प्लेयर ने बहुत वधिया ने, जिद्दां पहलां साबी भाजी सीगा, ਅਤੇ ਬੁੱਗਾ ਭਾਅ ਜੀ ਆ, ਮਿੰਟੂ ਆ, ਜਿੱਦਾਂ ਤੋਤਾ ਭਾਅ ਜੀ ਆ, ਇੱਦਾਂ ਪਲੇਅਰ ਆ, ਖੇਡਦੇ ਹੁੰਦੇ ਸੀਗੇ ਸੀਨੀਅਰ ਨੇ, ਅਤੇ ਉਹਨਾਂ ਨੂੰ ਦੇਖ ਕੇ ਬਸ ਸ਼ੌਂਕ ਪੈ ਗਿਆ ਭਾਅ ਜੀ। ਅਤੇ ਕਦੋਂ ਖੇਡਣ ਲੱਗੇ ਸੀ ਅਤੇ ਕਿਹੜਾ ਵਜ਼ਨ ਖੇਡੇ ਪਹਿਲਾਂ ਜੀ? ਵਜ਼ਨ ਭਾਅ ਜੀ ਮੈਂ ਜਿੱਦਾਂ 25 ਕਿਲੋ ਤੋਂ ਸਟਾਰਟ ਕੀਤੀ ਆ ਖੇਡਣੀ, ਅਤੇ ਮੈਨੂੰ ਜਿੱਦਾਂ ਹੋ ਹੀ ਗਏ ਨੇ 9-10 ਸਾਲ ਤਾਂ ਹੋ ਹੀ ਗਏ ਨੇ ਖੇਡਦੇ, ਮੈਂ ਨਿੱਕਾ ਹੁੰਦਾ ਹੀ ਖੇਡਣ ਲਿਆ ਭਾਅ ਜੀ। ਜੀ ਜੀ ਹਾਂਜੀ ਜੀ। ਅਤੇ ਓਪਨ ਦੇ ਵਿੱਚ ਤੁਹਾਡੀ ਐਂਟਰੀ ਕਦੋਂ ਹੋਈ ਅਤੇ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿੱਚ ਇੱਕ ਪਿੰਡ ਓਪਨ ਤੁਸੀਂ ਖੇਡੇ ਹੋ? ਓਪਨ ਦੀ ਭਾਅ ਜੀ ਪਹਿਲਾਂ ਤਾਂ ਜਿੱਦਾਂ 70-75 ਖੇਡਦੇ ਹੁੰਦੇ ਸੀਗੇ, ਅਤੇ ਜਿੱਦਾਂ ਮੈਜਿਕ 'ਤੇ ਚਲ ਜਾਣਾ 70-75 ਖੇਡਣ, ਅਤੇ ਉੱਥੇ ਜਾ ਕੇ ਓਪਨ ਦੀ ਟੀਮ ਐਂਟਰ ਕਰਾ ਦੇਣੀ ਆ, ਅਤੇ ਉੱਥੇ ਮੈਚ ਵਧੀਆ, ਇੱਕ ਜਦੋਂ ਮੈਚ ਗਈ ਵੇਲੇ ਵਧੀਆ ਟੀਮ ਨੇ ਪੈਣਾ, ਅਤੇ ਜੱਫੇ ਲਾ ਕੇ ਬੜਾ ਮਨ ਖੁਸ਼ ਹੁੰਦਾ ਹੈਗਾ ਜੀ, ਅਤੇ ਫਿਰ ਹੌਲੀ ਹੌਲੀ ਇੱਦਾਂ ਹੀ ਜੀ ਉੱਥੋਂ ਗਾਂਹ ਹੌਲੀ ਹੌਲੀ ਓਪਨ ਖੇਡਣ ਲੱਗ ਪਏ ਜੀ। ਹਾਂਜੀ। ਅਤੇ ਓਪਨ ਦਾ ਪਹਿਲਾ ਮੈਚ ਕਿੱਥੇ ਖੇਡਿਆ ਸੀ? ਓਪਨ ਦਾ ਪਹਿਲਾ ਮੈਚ ਭਾਜੀ ਜਿੱਦਾਂ ਜਾਤ ਨੇਗਾ ਹੁਣ, ਜਿੱਦਾਂ ਇੰਨਾ ਆ ਪਤਾ 70 ਹੀ ਖੇਡਣ ਗਏ ਸੀਗੇ ਉੱਥੇ, ਅਤੇ ਓਪਨ ਦੀ ਟੀਮ ਐਂਟਰ ਕਰਾ ਦਿੱਤੀ ਸੀ, ਤਾਂ ਉੱਥੇ ਖੇਡਦੇ ਸੀਗੇ ਭਾਜੀ ਜੀ। ਹਾਂਜੀ ਭਾਜੀ। ਅਤੇ ਕਲੱਬਾਂ ਦੇ ਵਿੱਚ ਹੁਣ ਤੱਕ ਕਿਹੜੇ ਕਿਹੜੇ ਦੇ ਵਿੱਚ ਖੇਡ ਚੁੱਕੇ ਸੀ? ਕਲੱਬਾਂ 'ਚ ਭਾਜੀ ਪਹਿਲਾਂ ਤਾਂ ਮੈਂ ਜਿੱਦਾਂ DAV ਕਾਲਜ ਜਲੰਧਰ ਲਈ ਖੇਡਿਆ ਸੀਗਾ, ਅਤੇ ਉਸ ਤੋਂ ਬਾਅਦ ਮੈਂ ਦੁਆਬਾ ਬੋਰੇ ਸੌਰਖਪੁਰ ਲਈ ਖੇਡਿਆ ਸੀਗਾ ਭਾਜੀ ਜੀ। ਹਾਂਜੀ। ਅਤੇ ਅੱਜ ਕੱਲ੍ਹ ਫਿਰ ਜੇ ਦੇਖਿਆ ਜਾਵੇ ਤਾਂ ਮੇਰੇ ਖਿਆਲ ਵੀ 1 ਸਾਲ ਕੁ ਤੁਸੀਂ ਗਰਾਊਂਡਾਂ ਤੋਂ ਦੂਰ ਰਹੇ ਹੋ, ਅਤੇ ਹੁਣ ਦੁਬਾਰਾ ਵਾਪਸੀ ਕਰ ਰਹੇ ਹੋ, ਅਤੇ ਇਸ ਸਾਲ ਕਿਹੜੇ ਕਲੱਬ ਦੇ ਵਿੱਚ ਖੇਡਣਾ ਤੁਸੀਂ? ਇਸ ਸਾਲ ਤਾਂ ਹਲੇ ਕੁਝ ਫਾਈਨਲ ਹੈਗਾ ਭਾਅ ਜੀ, ਵੀ ਕਿਹ 'ਚ ਖੇਡ ਰਿਹਾ ਮੈਂ। ਹਾਂਜੀ ਜੀ ਜੀ। ਅੱਛਾ, ਬਾਹਰਲੇ ਮੁਲਕ ਕਿੱਥੇ ਕਿੱਥੇ ਖੇਡੇ ਤੁਸੀਂ ਹੁਣ ਤੱਕ? ਨਹੀਂ ਹਲੇ ਬਾਹਰ ਨਹੀਂ ਭਾਅ ਜੀ ਮੈਂ ਖੇਡਿਆ, ਮੇਰੇ ਸੱਟ ਲੱਗ ਗਈ ਸੀਗੀ ਅਤੇ ਬਾਹਰ ਨਹੀਂ ਹਲੇ ਭਾਅ ਜੀ ਮੈਂ ਖੇਡਿਆ ਜੀ। ਹਾਂਜੀ। ਸੱਟ ਤੁਹਾਡੇ ਕਦੋਂ ਵੱਜੀ ਸੀ, ਕਿੱਥੇ ਵੱਜੀ ਸੀ? ਮੈਂ ਪਿਛਲੇ ਸਾਲ ਜੀ ਖਡੂਰ ਸਾਹਿਬ ਮੈਚ ਖੇਡਦੇ ਸੀਗੇ, ਉੱਥੇ ਮੇਰੇ ਸੱਟ ਲੱਗੀ ਸੀ, ਸ਼ੋਲਡਰ 'ਤੇ ਲੱਗ ਗਈ ਸੀਗੀ ਜੀ। ਜੀ। ਹਾਂਜੀ। ਅਤੇ ਉਸ ਤੋਂ ਬਾਅਦ ਮੈਂ ਹੁਣ ਅਪਰੇਟ ਕਰਾਇਆ ਸੀਗਾ, ਅਤੇ 1 ਸਾਲ ਹੋ ਗਿਆ ਆ, ਅਤੇ ਦੁਬਾਰਾ ਵਾਪਸੀ ਕੀਤੀ ਆ ਜੀ ਹੁਣ। ਜੀ ਜੀ। ਹਾਂਜੀ। ਅੱਛਾ ਬਾਈ ਜੀ, ਜਿਸ ਤਰ੍ਹਾਂ ਤੁਹਾਡਾ ਨਾਮ ਹੈ ਜਿਹੜਾ ਉੱਭਰ ਕੇ ਸਾਹਮਣੇ ਆਇਆ ਜਦੋਂ ਤੁਸੀਂ 7.5 ਲੱਖ ਦਾ ਜੱਫਾ ਲਾਇਆ ਸੀ, ਅਤੇ ਉਸ ਤੋਂ ਉਸ ਵੇਲੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸੀ? ਹਾਂਜੀ, ਬਹੁਤ ਵਧੀਆ ਲੱਗਾ ਹੈਗਾ ਜੀ, ਮਾਣ ਮਹਿਸੂਸ ਆਪਣੇ ਆਪ ਨੂੰ ਸੀ। ਹਾਂਜੀ ਹਾਂਜੀ। ਅਤੇ ਉਹ ਪੈਸੇ ਵੀ ਤੁਹਾਨੂੰ ਉਹਨਾਂ ਨੇ ਚੈੱਕ ਰਾਹੀਂ ਦਿੱਤੇ ਸੀ ਜਾਂ ਨਗਦੀ ਦਿੱਤੇ ਸੀ? ਪੈਸੇ ਮੈਨੂੰ ਨਗਦੀ ਦਿੱਤੇ ਸੀਗੇ ਜੀ। ਜੀ। ਕੈਸ਼ ਹੀ ਦਿੱਤਾ ਹੈਗਾ। ਹਾਂਜੀ ਜੀ ਜੀ ਜੀ। ਅੱਛਾ ਬਾਈ ਜੀ, ਇਸ ਤੋਂ ਇਲਾਵਾ ਤੁਸੀਂ ਹੋਰ ਕਿੰਨੀਆਂ ਕੁ ਮਤਲਬ ਕਿ ਜੱਫੇ ਨੇ ਜਿਹੜੇ ਰੇਡਾਂ 'ਤੇ ਪੈਸੇ ਲੱਗੇ ਹੋਣ, ਜਾਂ ਤੁਹਾਡੀ ਜਾਫਤੇ ਲੱਗੇ ਹੋਣ ਵੀ ਜੇ ਮਣੀ ਇੰਨੇ ਜੱਫੇ ਲਾਊਗਾ ਇਹਨੂੰ ਇੰਨੇ ਦੇਵਾਂਗੇ, ਕਿੰਨੇ ਕੁ ਵਾਰੀ ਹੋਇਆ ਜੀ? ਹਾਂਜੀ, ਲੱਗਦੇ ਰਹਿੰਦੇ ਆ ਪੈਸੇ, ਤਾਂ ਜਿੱਦਾਂ 5,000 ਹੋ ਗਿਆ, ਜਿੱਦਾਂ ਪੈਸੇ ਲੱਗਦੇ ਰਹਿੰਦੇ ਨੇ, ਜੱਫੇ ਵੀ ਲਾਏ ਨੇਗੇ ਜੀ। ਹਾਂਜੀ ਜੀ ਜੀ। ਹਾਂਜੀ। ਅਤੇ ਬੈਸਟ ਜਾਫੀ ਕਿੰਨੇ ਕੁ ਵਾਰੀ ਰਹੇ ਹੋ ਤੁਸੀਂ? ਬੈਸਟ ਜਾਫੀ ਜੀ ਪਹਿਲਾਂ ਤਾਂ ਸਭ ਨੂੰ ਪਹਿਲਾਂ ਮੈਂ ਵਾਸ਼ਿੰਗ ਮਸ਼ੀਨ ਜਿੱਤੀ ਸੀਗੀ, ਉਸ ਤੋਂ ਬਾਅਦ ਜਿੱਦਾਂ ਮੋਟਰਸਾਈਕਲ ਜਿੱਤਿਆ ਹੈਗਾ, ਅਤੇ ਫਿਰ ਜਿੱਦਾਂ ਪੈਸੇ ਨਾਮ ਵਾਹਵਾ ਇੱਦਾਂ ਜਿੱਤੇ ਹੈਗੇ ਜੀ। ਜੀ। ਮੋਟਰਸਾਈਕਲ ਕਿੰਨੇ ਕੁ ਜਿੱਤੇ ਹੁਣ ਤੱਕ? ਮੋਟਰਸਾਈਕਲ 1 ਜਿੱਤਿਆ ਹਲੇ ਮੈਂ ਜੀ। ਜੀ ਜੀ ਜੀ। ਹਾਂਜੀ। ਅੱਛਾ ਮਣੀ ਬਾਈ, ਜਿਵੇਂ ਨਾ ਦੇਖੀਏ ਤੁਹਾਡਾ ਕੱਦ ਹੈ ਜਿਹੜਾ ਉਹ ਵੀ ਛੋਟਾ ਜਿਹਾ ਲੱਗਦਾ, ਹਾਂਜੀ, ਤੇ ਵਜ਼ਨ ਵੀ ਤੁਹਾਡਾ ਥੋੜਾ ਹੈਗਾ, ਹਾਂਜੀ, ਤੇ ਵਜ਼ਨ ਕਿੰਨਾ ਜੇ ਆਪਾਂ ਦੇਖਿਆ ਜਾਵੇ? ਵਜ਼ਨ ਮੇਰਾ ਹੈਗਾ ਜੀ 80 ਕਿਲੋ ਲੱਗ ਗਿਆ, 80 ਕਿਲੋ। ਹਾਂਜੀ ਜੀ। ਤੇ ਕੱਦ ਕਿੰਨਾ ਜੀ? ਕੱਦ ਮੇਰਾ ਹੋਣਾ ਜੀ 5 ਫੁੱਟ 10 ਇੰਚ ਹੋਣਾ ਜੀ। ਜੀ ਜੀ। ਅੱਛਾ ਬਾਈ, ਜੇ ਆਪਾਂ ਗੱਲ ਕਰੀਏ ਇੱਥੇ ਤੁਹਾਡੇ ਜਿਵੇਂ ਤੁਸੀਂ ਗੁੱਟ ਫੜਦੇ ਹੋ, ਹਾਂਜੀ, ਤੇ ਵਜ਼ਨ ਤੁਹਾਡਾ ਘੱਟ ਹੋਣ ਦੇ ਕਰਕੇ ਵੀ ਮਤਲਬ ਕਿ ਤੁਸੀਂ ਉੱਪਰੋਂ ਹਰ ਇੱਕ ਧਾਵੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋ, ਤੇ ਇਹਦੇ ਵਾਸਤੇ ਪ੍ਰੈਕਟਿਸ ਤੁਸੀਂ ਕਿੰਨਾ ਕੁ ਟਾਈਮ ਕਰਦੇ ਹੋ? ਪ੍ਰੈਕਟਿਸ ਜੀ 3.5 ਘੰਟੇ ਸਵੇਰ ਨੂੰ ਕਰੀਦੀ ਆ ਜੀ, 3 ਸ਼ਾਮ ਨੂੰ ਕਰੀਦੀ ਆ ਜੀ। ਕੀ ਕਰਦੇ ਹੋ ਪ੍ਰੈਕਟਿਸ ਦੇ ਵਿੱਚ, ਤੇ ਕੋਚ ਕੌਣ ਨੇ ਤੁਹਾਡੇ? ਪ੍ਰੈਕਟਿਸ ਜੀ ਜਿੱਦਾਂ ਆਪਣੇ
पिंड ही अपने पिंड मलिया ग्राउंड च खाड़ा भी आ उ मेहनत करी दी है जी ते अपने मलसिया कैंप आ पमा भाई नवाजी पर उन्होंने मेहनत करी दी है बाकी जी सवेर नू कैंप उ भी करी दी है जी जी हाँ जी ते खुराक का की शड्यूल है तुहाडा की लैंदे हो खुराक दे विच खुराक जी घर दी खुराक ही लई दी है जी दुध वगैरह दही दूई इदां घर दा जी जी अच्छा जिस तरह बई जी तुसीं 80 किलो वजन है तुहाडा पित दे बिल्कुल हल्के जे लगदे हो तो कई खिडारियों के ना हुण दिमाग दे विच इह गल हुंदी है भी जे अगले साल ओपन खेडना है तो आपां वजन चकना है वह वजन वधाउण दे चक्कर दे विच तरह तरह दीआं चीज़ां लैंदे आ ते पर तुसीं कदे सोचिआ नहीं भी मैं भी अपने आप नूं भारी कराई नहीं बई इदां तां निगा जिदां वेट वधी जांदा आ पर अज तक मैं भाई जिन्ना वेट खेडिया पूरा वेट हुंदा नहीं घट ही हुंदा सीगा अज ओपन खेडदा आ ते मेरा भार भी थोड़ा ही है जिदां ते घट ही वेट हुंदा हैगा जिन्ना वेट खेडदा हां जे जदों 25 किलो खेडदे ते उदों मतलब 25 किलो वजन सी उदों किन्ने खेडदे सी जो 25 किलो मतलब 30 खेडते हैं तो जिदा जो मेरा 70-75 वेट सगा जिदा जो मान ला कि 70-75 खेडता है उदो मेरा वेट मैं 65 का सगा भाजी जी हाँ जी मैं 70-75 खेडता हूं है जो 75 सगा उदो ओपन खेड नहीं सके भाजी हाँ जी अच्छा भाई जी हम आप गल करिए यादगारी मैचों की किता 7.5 लाख का जफ्फा जरा तो मेरा ख्याल भी सब तो यादगारी मैच है तुहाडा ते उहदा जिक्र ते नाल होर मैचों का जिक्र जिहड़े अज तक के यादगारी मैच ने जिहदे विच मणी दी बल्ले बल्ले होई है पूरी जां लास्ट मैच मतलब कबड्डी के उत्ते जफा लाउणा होवे ते उधरों प्रैशर भी पूरा हुंदा इदां दे मैचों का जिक्र जरूर करो जी हाँ जी पहला तो ढंडियां वाला ही आ सब नूं जिन्हें जिंदगी का दिन चेंज किए तो बाकी होर भी मैच बहुत वधिया लगे ने हाँ जी वधिया मैच लगे ने जी फिर भी कोई कदा याद हुंदा जी इदां दा वी इहदा लास्ट दे उत्ते प्रैशर भी हुंदा ते जित्ते होवे जी ਜਿੱਦਾਂ ਮੱਲੀਆਂ ਸਾਡੇ ਪਿੰਡ ਹੀ ਖੁਦ ਮੈਚ ਸੀਗੇ ਤੇ ਉੱਥੇ ਮੈਚ ਵਧੀਆ ਹੋਇਆ ਜਿੱਦਾਂ ਵਧੀਆ ਹੁਣ ਮੈਚ ਹੋਏ ਆ ਕਈ ਵਧੀਆ ਮੈਚ ਹੋਏ ਬਾਬਾ ਜੀ ਜੀ ਹਾਂਜੀ ਜੀ ਅੱਛਾ ਬਾਈ ਦੇ ਮਾਨ ਸਨਮਾਨ ਦੀ ਗੱਲ ਕਰੀਏ ਤਾਂ ਕਿੰਨੇ ਕੁ ਹੋਇਆ ਹੁਣ ਤੱਕ ਮਾਨ ਸਨਮਾਨ ਹੋ ਜਾਂਦੇ ਵਧੀਆ ਹੋਇਆ ਮਾਨ ਸਨਮਾਨ ਵੀ ਹਾਂਜੀ ਜੀ ਪਰ ਫਿਰ ਵੀ ਕੁਝ ਕੁ ਹੁੰਦੇ ਨੇ ਇਦਾਂ ਦੇ ਜਿਹੜੇ ਯਾਦਗਾਰੀ ਆਪਾਂ ਸਨਮਾਨਾਂ ਦੀ ਗੱਲ ਕਰ ਲਈਏ ਯਾਦਗਾਰੀ ਜਿੱਦਾਂ ਟਰੋਫੀਆਂ ਹੋਈਆਂ ਨੇ 5-5, 6-6 ਫੁੱਟ ਕੱਪ ਹੋਏ ਨੇ 2-3 ਕੱਪ ਹੋਏ ਨੇ ਤੇ ਜਿੱਦਾਂ ਪੈਸੇ ਪੂਸੇ ਹੋਏ ਨੇ ਮਾਨ ਸਨਮਾਨ ਹਾਂਜੀ 11,000 ਹੋ ਗਿਆ 21,000 ਹੋ ਗਿਆ ਹਾਂਜੀ ਅੱਛਾ ਬਾਈ ਜੀ ਜਿਸ ਤਰ੍ਹਾਂ ਤੁਸੀਂ ਪ੍ਰੈਕਟਿਸ ਤਾਂ ਕਰਦੇ ਹੀ ਹੋ ਕਿਉਂਕਿ ਗੇਮ ਦੇ ਨਾਲ ਜੁੜੇ ਹੋਏ ਹੋ ਉਹ ਤਾਂ ਤੁਸੀਂ ਦੋਨੋਂ ਟਾਈਮ ਕਰਦੇ ਹੋ ਤੇ ਕਈ ਵਾਰੀ ਕੋਈ ਇਦਾਂ ਦਾ ਵੀ ਹੋਇਆ ਤੁਹਾਡੇ ਨਾਲ ਵੀ ਕਿਸੇ ਖਾਸ ਰੇਡਰ ਨੂੰ ਫੜਨ ਦੇ ਵਾਸਤੇ ਤੁਹਾਨੂੰ ਐਕਸਟਰਾ ਮਿਹਨਤ ਕਰਨੀ ਪਈ ਹੋਵੇ ਜੀ ਐਕਸਟਰਾ ਬਸ ਇਹੀ ਆ ਕਿ ਸਵੇਰ ਸ਼ਾਮ ਮਿਹਨਤ ਕਰੀ ਦੀ ਆ ਇਹ ਸੋਚੀਦਾ ਕਿ ਰੇਡਰ ਫੜਨਾ ਆ ਬਸ ਜੀ ਹਾਂਜੀ ਨਹੀਂ ਕਦੇ ਸੋਚਿਆ ਵੀ ਫਲਾਣੇ ਵਾਸਤੇ ਆਪਾਂ ਨੇ ਸਪੈਸ਼ਲ ਤਿਆਰੀ ਕਰੀਏ ਜਾਂ ਕੀਤੀ ਹੋਵੇ ਜੀ ਨਹੀਂ ਅੱਜ ਕੱਲ੍ਹ ਤਾਂ ਸਭ ਨੂੰ ਵਧੀਆ ਹੀ ਮੰਨਦੇ ਆ ਭਾਜੀ ਸਪੈਸ਼ਲ ਤਾਂ ਨਹੀਂ ਸਾਰਿਆਂ ਲਈ ਵਧੀਆ ਮਿਹਨਤ ਕਰੀਦੀ ਆ ਸਾਰਿਆਂ ਲਈ ਕਰੀਦੀ ਆ ਮਿਹਨਤ ਤਾਂ ਇੱਦਾਂ ਦੀ ਕੋਈ ਗੱਲ ਨਹੀਂ ਜੀ ਜੀ ਹਾਂਜੀ ਅਤੇ ਤੁਸੀਂ ਕਿਹੜੇ ਖਿਡਾਰੀ ਦੀ ਖੇਡ ਤੋਂ ਪ੍ਰਭਾਵਿਤ ਹੋ ਗਰਾਊਂਡਾਂ ਦੇ ਵਿੱਚ ਜਿੱਦਾਂ ਮੈਨੂੰ ਦੁੱਲਾ ਭਾਜੀ ਹੋ ਗਿਆ ਜਿੱਦਾਂ ਸਾਡੇ ਪਿੰਡ ਪਹਿਲਾਂ ਸਾਬੀ ਭਾਜੀ ਸੀਗਾ ਦੁੱਲਾ ਭਾਜੀ ਹੋ ਗਿਆ ਬੱਗਿਆਂ ਵਾਲਾ ਹਾਂਜੀ ਅਤੇ ਖੁਸ਼ੀ ਭਾਜੀ ਹੋ ਗਿਆ ਖੁਸ਼ ਦੁੱਗਾਂ ਵਾਲੇ ਅਤੇ ਹਾਂਜੀ ਇਹ ਵਧੀਆ ਲੱਗਦੇ ਨੇ ਜੀ 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 ਹਾਂਜੀ ਅੱਛਾ ਮਣੀ ਬਾਈ ਤੁਹਾਨੂੰ ਪਿੰਡਾਂ ਵਾਲੇ ਮੈਚ ਖੇਡਣੇ ਵਧੀਆ ਲੱਗਦੇ ਆ ਜਾਂ ਕਲੱਬਾਂ ਦੇ ਮੈਚ ਖੇਡਣੇ ਵਧੀਆ ਲੱਗਦੇ ਆ ਹਾਂਜੀ ਪਿੰਡਾਂ ਵਾਲੇ ਮੈਚ ਵੀ ਵਧੀਆ ਲੱਗਦੇ ਆ ਜਿੱਦਾਂ ਪਿੰਡ ਦੇ ਲਾਗੇ ਮੈਚ ਹੁੰਦੇ ਨੇ ਤਾਂ ਪਿੰਡ ਦੇ ਸਾਰੇ ਆਏ ਹੁੰਦੇ ਨੇ ਦੇਖਣ ਤੇ ਵਧੀਆ ਲੱਗਦਾ ਆ ਤੇ ਕਲੱਬਾਂ ਦੇ ਵਧੀਆ ਲੱਗਦੇ ਨੇ ਟਾਈਮ ਸਿਰ ਮੈਚ ਨਿਬੜ ਜਾਂਦੇ ਨੇ ਹਾਂਜੀ ਵਧੀਆ ਲੱਗਦੇ ਨੇ ਕਲੱਬਾਂ ਵਾਲੇ ਮੈਚ ਵੀ ਜੀ ਜੀ ਹਾਂਜੀ ਅੱਛਾ ਬਾਈ ਜੀ ਇੱਕ ਗੱਲ ਇਹ ਦੱਸੋ ਵੀ ਜਦੋਂ ਕਈ ਵਾਰੀ ਰੇਡ ਤੇ ਵੀ ਪੈਸੇ ਲੱਗੇ ਹੁੰਦੇ ਨੇ ਲਾਸਟ ਦੇ ਉੱਤੇ ਵੀ ਮੈਚ ਹੁੰਦਾ ਤੇ ਹਾਰ ਜਿੱਤ ਵਾਲੀ ਆਪਾਂ ਕਬੱਡੀ ਪਹਿਲ ਕਹਿ ਲਈਏ ਲੋਕ ਵੀ ਪੂਰੇ ਪੱਬਾਂ ਭਾਰ ਹੁੰਦੇ ਨੇ ਵੀ ਜੇ ਤਾਂ ਉਦੋਂ ਜੱਫਾ ਲੱਗ ਜਾਂਦਾ ਤਾੜੀਆਂ ਤਾਂ ਵੀ ਵੱਜਦੀਆਂ ਨੇ ਤੇ ਜੇ ਜੱਫਾ ਨਹੀਂ ਲੱਗਦਾ ਤਾੜੀਆਂ ਤਾਂ ਵੀ ਵੱਜਦੀਆਂ ਨੇ ਤੇ ਉਦੋਂ ਤੁਹਾਨੂੰ ਕਿਵੇਂ ਜਿਹਾ ਲੱਗਦਾ ਜੀ ਹਾਂਜੀ ਭਾਜੀ ਬਹੁਤ ਵਧੀਆ ਲੱਗਦਾ ਆ ਜਿੱਦਾਂ ਤੇ ਇਹੋ ਹੀ ਸੋਚ ਕੇ ਗਰਾਊਂਡ 'ਚ ਵੜੀਦਾ ਆ ਵੀ ਜੇ ਕੋਈ ਤਕੜਾ ਰੇਡਰ ਆ ਉਹਨੂੰ ਦੇਖ ਕੇ ਪਿੱਛੇ ਨਹੀਂ ਹੋਈਦਾ ਹੈਗਾ ਤੇ ਵੀ ਲੱਗੀਦਾ ਖੁੱਲ੍ਹ ਕੇ ਲੱਗੀਦਾ ਕੋਈ ਠਰ ਨਹੀਂ ਰੱਖੀਦਾ ਜੀ 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 ਤਕੜੇ ਨੂੰ ਦੇਖ ਕੇ ਤਾਂ ਸਰੀਰ ਉੱਭਰਦਾ ਆ ਜੀ ਉਹਨੂੰ ਲੱਗਣ ਨੂੰ ਦਿਲ ਕਰਦਾ ਜੀ 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 ਹਾਂਜੀ ਮਤਲਬ ਤੁਹਾਡਾ ਜਿਹੜਾ ਦਿਲ ਹੈ ਨਾ ਦਲੇਰੀ ਨਾਲ ਖੇਡਦੇ ਹੋ ਤੁਸੀਂ ਤੁਹਾਨੂੰ ਇਹ ਨਹੀਂ ਹੈਗਾ ਵੀ ਭਾਰਾ ਹੈ ਜਾਂ ਤਕੜਾ ਹੈ ਹਾਂਜੀ ਦਲੇਰੀ ਨਾਲ ਖੇਡਦੇ ਪੂਰੇ ਜੀ ਆਪਾਂ ਨੂੰ ਕੋਈ ਭਾਰੇ ਨਾ ਮਸਲਾ ਹੋਣਾ ਹੈਗਾ ਜੀ 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 ਹਾਂਜੀ ਅੱਛਾ ਬਾਈ ਜਿਵੇਂ ਪਿਛਲੇ ਸਮੇਂ ਦੇ ਵਿੱਚ ਫੈਡਰੇਸ਼ਨਾਂ ਨੇ ਡੋਪ ਟੈਸਟ ਵਾਲਾ ਵਧੀਆ ਬਹੁਤ ਵਧੀਆ ਉਪਰਾਲਾ ਕੀਤਾ ਤੇ ਉਦੋਂ ਤਾਂ ਖੈਰ ਤੁਹਾਡੇ ਸੱਟ ਲੱਗੀ ਹੋਈ ਸੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਟੈਸਟ ਹੋਣੇ ਆ ਵੀ ਤੁਸੀਂ ਪੂਰੀ ਤਰ੍ਹਾਂ ਪ੍ਰਪੇਅਰ ਹੋ ਟੈਸਟ ਦੇਣ ਲਈ ਹਾਂਜੀ ਆਪਾਂ ਤਿਆਰ ਹਾਂ ਟੈਸਟ ਦੇਣ ਲਈ ਜੀ ਤੇ ਪਹਿਲਾਂ ਤਾਂ ਨਹੀਂ ਹੋਈ ਤੁਹਾਡੇ ਨਹੀਂ ਪਹਿਲਾਂ ਨਹੀਂ ਹੋਈ ਜੀ ਜੀ ਅੱਛਾ ਮਣੀ ਬਾਈ ਜਿਸ ਤਰ੍ਹਾਂ ਅੱਜ ਤੁਸੀਂ ਸਾਲ ਬਾਅਦ ਮੇਰੇ ਖਿਆਲ ਵੀ ਸੀਜ਼ਨ ਦਾ ਇਹ ਪਹਿਲਾ ਮੈਚ ਖੇਡ ਰਹੇ ਹੋ ਤਾਜੋ ਕੇ ਪਿੰਡ ਤੇ ਕਿਸ ਤਰ੍ਹਾਂ ਲੱਗ ਰਿਹਾ ਮਤਲਬ ਕਿ ਕਿੰਨੀ ਕੁ ਤਿਆਰੀ ਹੈ ਹਾਂਜੀ ਭਾਅ ਜੀ ਤਿਆਰੀ ਤਾਂ ਵਧੀਆ 2-3 ਮਹੀਨੇ ਹੋ ਗਿਆ ਮਿਹਨਤ ਕਰਦੇ ਨੂੰ ਤਾਂ ਅੱਜ ਪਹਿਲਾ ਮੈਚ ਹੀ ਖੇਡਣਾ ਆ ਅਤੇ ਬਾਕੀ ਬਹੁਤ ਖੁਸ਼ ਹਾਂ ਵੀ ਦੁਬਾਰਾ ਗਰਾਊਂਡਾਂ 'ਚ ਆਏ ਹਾਂ ਅਤੇ ਕਰਦੇ ਵੀ ਬਹੁਤ ਖੁਸ਼ ਨੇ ਪਿੱਛੇ ਵੀ ਗਰਾਊਂਡ 'ਚ ਖੇਡਣ ਗਿਆ ਆ ਸਾਡਾ ਪੁੱਤ ਹਾਂਜੀ ਜੀ ਜੀ ਅੱਛਾ ਮਣੀ ਬਾਈ ਕੋਈ ਜ਼ਿੰਦਗੀ ਦਾ ਮਤਲਬ ਕਿ ਉਹ ਦਿਨ ਜਿੱਦਾਂ ਬੇਹੱਦ ਖੁਸ਼ੀ ਹੋਈ ਹੋਵੇ
खुशी भाजी सब नूं वध तां जिद्दां खुशी मैनूं ढंडियां दे कबड्डी कप ते होई सीगी ते उस तों बाद एक टूर्नामेंट सीगा तां उत्थे वधिया प्रदर्शन होया सीगा ते एक बजुर्ग सीगे हैंडीकैप सीगे थोड़े तां जदों मैं ग्राउंड चों बाहर निकलिया ते उन्हां ने आवाज़ मार के तां मैनूं 10 रुपये दित्ते ते बड़ा दिल खुश होया भाजी यार ते मैनूं उही 10 रुपये मैनूं ਲੱਖਾਂ ਅਰਗੇ ਲੱਗੇ ਭਾਜੀ ਜੀ ਜੀ ਹਾਂਜੀ ਭਾਜੀ ਜੀ ਭਾਈ ਜੀ ਜਦੋਂ ਤੁਸੀਂ 25 ਕਿਲੋ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਛੋਟੇ ਸੀ ਤੇ ਘਰ ਦਾ ਜਿਹੜਾ ਸਹਿਯੋਗ ਸੀ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਸੀਗਾ ਜੀ ਘਰ ਦਾ ਸੰਯੋਗ ਬਹੁਤ ਵਧੀਆ ਸੀਗਾ ਜੀ ਜਿੱਦਾਂ ਮੇਰੇ ਦਾਦਾ ਜੀ ਆ ਡੈਡੀ ਜੀ ਆ ਤੇ ਬ੍ਰਦਰ ਆ ਵੱਡੇ ਤੇ ਬੜਾ ਸ਼ੌਂਕ ਸੀਗਾ ਉਹਨਾਂ ਨੂੰ ਬ੍ਰਦਰ ਮੇਰੇ ਤਾਂ ਲੈ ਕੇ ਜਾਂਦੇ ਹੁੰਦੇ ਸੀਗੇ ਹੁਣ ਤਾਂ ਚਲੋ ਬਾਹਰ ਆ ਉਦੋਂ ਨਿੱਕੇ ਹੁੰਦੇ ਨੂੰ ਮੋਟਰਸਾਈਕਲ ਤੇ ਲੈ ਕੇ ਜਾਂਦੇ ਹੁੰਦੇ ਸੀਗੇ ਜੀ ਜੀ ਹਾਂਜੀ ਜੀ ਉਸ ਤੋਂ ਇਲਾਵਾ ਤੁਹਾਨੂੰ ਪਿੰਡ ਵਾਲਿਆਂ ਦਾ ਯਾਰਾਂ ਦੋਸਤਾਂ ਦਾ ਸਾਥੀ ਖਿਡਾਰੀਆਂ ਦਾ ਕਿੰਨਾ ਕਿੰਨਾ ਦਾ ਸਹਿਯੋਗ ਹੈ ਜੀ ਹਾਂਜੀ ਪਿੰਡ ਦਿਆਂ ਦਾ ਵੀ ਸੰਯੋਗ ਆ ਵਧੀਆ ਆ ਜਿੱਦਾਂ ਸਾਰਿਆਂ ਦਾ ਸੰਯੋਗ ਵਧੀਆ ਜੀ 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 ਅੱਛਾ ਮਣੀ ਬਾਈ ਜਿਸ ਤਰ੍ਹਾਂ ਜਦੋਂ ਤੁਸੀਂ ਗਰਾਊਂਡ ਦੇ ਵਿੱਚ ਆਉਂਦੇ ਹੋ ਕਿਸੇ ਵੀ ਟੂਰਨਾਮੈਂਟ 'ਤੇ ਜਦੋਂ ਪਹੁੰਚਦੇ ਹੋ ਤਾਂ ਉੱਥੇ ਤੁਹਾਡੇ ਜਿਹੜੇ ਫੈਨਸ ਨੇ ਉੱਥੇ ਮਤਲਬ ਕਿ ਫੋਟੋਆਂ ਖਿਚਾਉਣ ਆਉਂਦੇ ਆ ਅਤੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਹਾਂਜੀ ਜਦੋਂ ਆਉਂਦੇ ਆ ਫੋਟੋਆਂ ਕਰਾਉਣ ਤਾਂ ਬਹੁਤ ਵਧੀਆ ਲੱਗਦਾ ਆ ਪਰ ਆਪਾਂ ਅੱਜ ਤੱਕ ਕਦੇ ਫੈਨਸ ਨੂੰ ਫੈਨ ਸਮਝ ਕੇ ਨਹੀਂ ਮਿਲੇ ਹੈਗੇ ਭਰਾ ਹੀ ਸਮਝ ਕੇ ਮਿਲਦੇ ਸਾਰਿਆਂ ਨੂੰ ਜੀ ਹਾਂਜੀ ਕਿਉਂਕਿ ਉਹਨਾਂ ਦਾ ਹੀ ਪਿਆਰ ਹੈ ਸਾਰਾ ਜੀ ਹਾਂਜੀ ਉਹਨਾਂ ਕਰਕੇ ਹੀ ਆ ਸਭ ਕੁਝ ਜੀ ਹਾਂਜੀ ਹਾਂਜੀ ਬਿਲਕੁਲ ਅੱਛਾ ਮਣੀ ਬਾਈ ਜਿਸ ਤਰ੍ਹਾਂ ਤੁਸੀਂ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੇ ਹੋ ਅਤੇ ਬਹੁਤ ਪੋਸਟਾਂ ਪਾਉਂਦੇ ਹੋ ਸਟੋਰੀਆਂ ਪਾਉਂਦੇ ਹੋ ਅਤੇ ਇਹ ਕਿਵੇਂ ਤੁਹਾਨੂੰ ਇਹਦਾ ਸ਼ੌਕ ਹੈ ਵਾਹ ਭਾਜੀ ਕਿ ਮੈਨੂੰ ਸ਼ੌਕ ਹੀ ਆ ਇਹਦਾ ਵਧੀਆ ਲੱਗਦਾ ਆ ਆਪਣੇ ਆਪ ਨੂੰ ਹਾਂਜੀ ਘੁੰਮਣ ਫਿਰਨ ਦਾ ਕਾਫੀ ਸ਼ੌਂਕ ਆ ਜਿੱਦਾਂ ਵਧੀਆ ਲੱਗੇ ਇਹਨਾਂ ਦੇ ਫੋਟੋਆਂ ਫਟਾ ਖਿੱਚਣ ਦਾ ਸ਼ੌਂਕ ਆ ਜੀ ਸ਼ੌਂਕ ਨੇ ਪਾਈ ਦੀਆਂ ਜੀ 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 ਹਾਂਜੀ ਤੇ ਅੱਗੇ ਕਿਤੇ ਫਿਲਮਾਂ 'ਚ ਆਉਣ ਦਾ ਤਾਂ ਨਹੀਂ ਆਪਾਂ ਵੀ ਮਾਡਲਿੰਗ ਕਰੀਏ ਜੀ ਨਹੀਂ ਨਹੀਂ ਜੀ ਫਿਲਮਾਂ 'ਚ ਆਉਣ ਦਾ ਤਾਂ ਨਹੀਂਗਾ ਉੱਦਾਂ ਸ਼ੌਂਕ ਹੀ ਆ ਜੀ 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 ਅੱਛਾ ਮਣੀ ਬਾਈ ਕਬੱਡੀ ਦੇ ਨਾਲ ਨਾਲ ਫਿਰ ਤੁਸੀਂ ਹੋਰ ਘਰ ਦਾ ਕੰਮ ਕਾਰ ਵਗੈਰਾ ਵੀ ਕਰਦੇ ਹੋ ਨਹੀਂ ਭਾਜੀ ਕੰਮ ਕਾਰ ਤਾਂ ਮੈਂ ਨਹੀਂ ਕਰਦਾ ਫਰੀ ਰਹਿੰਦਾ ਹਾਂ ਜਿੱਦਾਂ ਮਿਹਨਤ ਹੀ ਕਰਦਾ ਬਸ ਬਾਕੀ ਫਰੀ ਰਹਿੰਦਾ ਹਾਂ ਫੈਮਲੀ ਮੇਰੀ ਬਾਹਰ ਉਹਨਾਂ ਨੇ ਟੈਨਸ਼ਨ ਫਰੀ ਕੀਤਾ ਵੀ ਤਾਂ ਕਬੱਡੀ ਖੇਡ ਕਰ ਲਈ ਜੀ ਜੀ ਹਾਂਜੀ ਬਾਹਰ ਕਿੱਥੇ ਹੈ ਫੈਮਲੀ ਮਨੀਲੇ ਜਾ ਮੇਰੀ ਫੈਮਲੀ ਜੀ 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 ਹਾਂਜੀ ਫਿਰ ਤੁਸੀਂ ਨਹੀਂ ਸੋਚਿਆ ਜਾਣ ਬਾਰੇ ਮੈਂ ਵੀ ਜਾ ਆਇਆ ਉੱਦਾਂ ਹਾਂਜੀ ਜੀ ਜੀ ਮਤਲਬ ਤੁਹਾਡਾ ਧਿਆਨ ਹੈ ਜਿਹੜਾ ਉਹ ਸਾਰਾ ਕਬੱਡੀ 'ਤੇ ਹੈ ਜੀ ਹਾਂਜੀ ਕਬੱਡੀ ਹਾਂਜੀ ਕਬੱਡੀ 'ਤੇ ਹੀ ਹੈ ਜੀ ਅੱਛਾ ਮਣੀ ਬਾਈ ਜੀ ਆ ਜਿਹੜੇ ਤੁਸੀਂ ਟੈਟੂ ਖਣਵਾਏ ਹੋਏ ਆ ਅਤੇ ਇਹ ਕਿੰਨਾ ਦੇ ਆ ਅਤੇ ਇਹ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਇਆ ਇਹ ਟੈਟੂ ਜੀ ਮੇਰੇ ਬਚਪਨ ਤੋਂ ਸ਼ੌਂਕ ਸੀਗਾ ਅਤੇ ਬੇਬੇ ਬਾਪੂ ਦੀ ਫੋਟੋ ਬਣਾਉਣੀ ਆ ਬਾਹਾਂ 'ਤੇ ਅਤੇ ਮੈਂ ਬਚਪਨ ਤੋਂ ਹੀ ਸ਼ੌਂਕ ਸੀਗਾ ਅਤੇ ਹੁਣ ਟੈਟੂ ਬਣਾਏ ਸੀਗੇ ਜੀ ਇਹ ਜੀ ਜੀ ਹਾਂਜੀ ਜੀ ਬਚਪਨ ਦਾ ਤੁਹਾਡਾ ਸ਼ੌਂਕ ਸੀਗਾ ਵੀ ਮੰਮੀ ਪਾਪਾ ਦੀ ਫੋਟੋ ਜਿਹੜੀ ਆਪਾਂ ਨੇ ਛਪਾਉਣੀ ਹੈ ਹਾਂਜੀ ਉਹ ਟੈਟੂਆਂ 'ਚ ਬਣਾਉਣੀ ਨੇ ਬਾਹਾਂ 'ਤੇ ਉਹ ਬਣਾਈ ਹੈ ਜੀ ਅੱਛਾ ਮਣੀ ਬਾਈ ਤੁਹਾਡੇ ਨਾਂ ਦੇ ਨਾਲ ਦੇਖੋ ਛੋਟਾ ਨਾਂ ਮਣੀ ਸੀ ਹੈ ਨਾ ਮਣੀ ਦੇ ਨਾਲ ਮੱਲੀਆਂ ਲੱਗ ਗਿਆ ਪੂਰੀ ਦੁਨੀਆਂ ਦੇ ਵਿੱਚ ਮਣੀ ਮੱਲੀਆਂ ਕਰਕੇ ਜਾਣਦੀ ਹੈ ਪਿੰਡ ਦਾ ਨਾਂ ਤੁਹਾਡੇ ਨਾਂ ਦੇ ਨਾਲ ਲੱਗਿਆ ਇਹ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹਾਂਜੀ ਬਹੁਤ ਵਧੀਆ ਲੱਗਦਾ ਜੀ ਜਦੋਂ ਕੋਈ ਕਹਿੰਦਾ ਮਣੀ ਮੱਲੀਆਂ ਵਾਲਾ ਪਿੰਡ ਦਿਆਂ ਨੂੰ ਵੀ ਮਾਣ ਹੁੰਦਾ ਵੀ ਸਾਡੇ ਪਿੰਡ ਦੇ ਮੱਲੀਆਂ ਦਾ ਨਾਮ ਆਉਂਦਾ ਆ ਹਾਂਜੀ ਮਾਣ ਹੁੰਦਾ ਜੀ ਅਤੇ ਤੁਸੀਂ ਆਪਣੀ ਕਬੱਡੀ ਤੋਂ ਪੂਰਾ ਖੁਸ਼ ਹੋ ਜੀ ਹਾਂਜੀ ਕਬੱਡੀ ਤੋਂ ਬਹੁਤ ਖੁਸ਼ ਹਾਂ ਜੀ ਅੱਛਾ ਮਣੀ ਬਾਈ ਪਰਿਵਾਰ ਦੇ ਵਿੱਚ ਕੌਣ ਕੌਣ ਹੋਈ ਹਾਂਜੀ ਪਰਿਵਾਰ ਮੇਰੇ 'ਚ ਦਾਦਾ ਜੀ ਨੇ ਅਤੇ ਬੇਬੇ ਬਾਪੂ ਨੇ ਵੱਡਾ ਬ੍ਰਦਰ ਨੇ ਅਤੇ 3 ਸਿਸਟਰ ਨੇ ਭਾਬੀ ਜੀ ਨੇ ਅਤੇ 2 ਮੇਰੇ ਭਤੀਜੇ ਨੇ ਜੀ 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 ਹਾਂਜੀ ਅਤੇ ਤੁਹਾਡਾ ਆਪਣਾ ਵਿਆਹ ਨਹੀਂ ਹੋਇਆ ਜੀ ਨਹੀਂ ਜੀ ਮੇਰਾ ਨਹੀਂ ਹਲੇ ਹੋਇਆ ਜੀ ਹਜੇ ਤਾਂ ਉਮਰ ਬਹੁਤ ਛੋਟੀ ਆ ਜੀ ਜੀ ਅੱਛਾ ਬਾਈ ਜੀ ਹੋਰ ਲਾਸਟ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਲਾਸਟ ਦੇ ਵਿੱਚ ਇਹੋ ਹੀ ਆ ਭਾਜੀ ਵੀ ਕਬੱਡੀ ਨੇ ਬਹੁਤ ਕੁਛ ਦਿੱਤਾ ਆ ਬਹੁਤ ਪਲੇਅਰਾਂ ਦੇ ਜਿੱਦਾਂ ਘਰ ਦੀ ਰੋਟੀ ਚੱਲਦੀ ਆ ਕਬੱਡੀ ਤੋਂ ਤਾਂ ਜਿੱਦਾਂ ਵੀ ਆਪਣੇ ਸਾਨੂੰ ਵੀ ਬਹੁਤ ਕੁਝ ਕਬੱਡੀ ਨੇ ਦਿੱਤਾ ਆ ਅਤੇ ਮਿਹਨਤ ਕਰੋ ਸਭ ਤਕੜੇ ਹੋ ਕੇ ਅਤੇ ਹਿੰਮਤ ਨਾ ਹਾਰੋ ਜੀ ਜੀ ਹਾਂਜੀ ਜੀ ਸੋ ਧੰਨਵਾਦ ਮਣੀ ਬਾਈ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਕੀਮਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਭਾਈ ਤੁਹਾਡਾ ਬਹੁਤ ਬਹੁਤ ਜੀ ਇਹ ਸਨ ਖੇਡ ਕਬੱਡੀ ਦੇ ਪ੍ਰਸਿੱਧ ਜਾਫੀ ਮਣੀ ਮੱਲੀਆਂ ਜੀ ਅੱਜ ਆਪਾਂ ਗੱਲਬਾਤ ਕੀਤੀ ਸੋ ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਖੇਤਰ ਨਾਲ ਜੁੜੀ ਹੋਈ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ ਵੇਖਦੇ ਰਹੋ ਰੰਗ ਪੰਜਾਬ ਦੇ ਯੂਟਿਊਬ ਚੈਨਲ ਸਤਿ ਸ਼੍ਰੀ ਅਕਾਲ